ਇਹਦਾ ਮੇਰੇ ਤੇ ਹੈ ਮੇਰਾ ਦੋਸਤ ਜੇ ਮੇਰੇ ਨਾਲ ਮਾੜਾ ਤੇ ਸ਼ਾਇਦ ਮੇਰੇ 'ਚ ਕਮੀ ਹੋਵੇਗੀ ਨਹੀਂ 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 ਦੇਖੋ ਜੀ ਅਗਰ ਕਿਸੇ 'ਚ ਖੂਬਸੂਰਤੀ ਹੈ ਉਹ ਉਹਦੇ 'ਚ ਖੂਬਸੂਰਤੀ ਨਹੀਂ ਆਪਣੀ ਅੱਖ 'ਚ ਖੂਬਸੂਰਤੀ ਹੈ ਅਰੇ ਕਹਿਣਾ ਕੀ ਚਾਹਤੇ ਹੋ साउथ की मूवी ला लो तो हूँ पंजाबी इंडस्ट्री भी एक्शन मूवीज आ रही ने है ना कि तुम्हें लगता है कि साउथ को टक्कर दे सकती है एक्शन मूवी पंजाबी भी कमेडी नू छड़ के दूसरे प्रोजेक्टों पर भी कंसैप्टों पर भी काम होना चाहिए असी गल करते हैं अभिमन्यु नाल बहुत बहुत स्वागत है सर थैंक यू जी थैंक यू सर एंड मूवी की स्क्रीनिंग सी किवें दा फील हो रहा बहुत अच्छा फील होया जी असी एडे वड्डे ते बहुत अच्छे प्रोजेक्ट का हिस्सा बने जी तुसी इस मूवी विच यारी दी गल कीती है ना तुहाडे लई यारी यारी एक बहुत खूबसूरत चीज़ है जी ए देखो यारा बिना इस दुनिया ते शायद ऐ लगता है भी जी एक रुख रेगिस्तान दे विच खड़ा होया है ते यारी बिना कुछ नहीं है लेकिन तुसी जे तुहानू कोई मोटिवेट कर सकदा एक फैमिली अलग है जे तुहानू अगे जाण दे विच तुहाडे अच्छे दोस्त होवन ना ते तुहानू पता नहीं लगता तुसी की दा की बन जांदे हो तुसी चाहुंदे हो कि यारी अज दे टाइम ते या पिछले टाइम दे यारी देखिए की डिफरेंस तुहानू लगदा नहीं कोई डिफरेंस नहीं है देखो जी ये तो अपने पॉइंट ऑफ व्यू तो है भी तुसी सिचुएशन तुसी दोस्त नाल किवें रहिंदे हो ये तो खुद ते है जी ਇਹਦਾ ਮੇਰੇ ਤੇ ਹੈ ਮੇਰਾ ਦੋਸਤ ਜੇ ਮੇਰੇ ਨਾਲ ਮਾੜਾ ਤੇ ਸ਼ਾਇਦ ਮੇਰੇ 'ਚ ਕਮੀ ਹੋਵੇਗੀ ਜੀ ਇਹ ਗੱਲ ਤੁਸੀਂ ਵੈਸੇ ਬਹੁਤ ਵਧੀਆ ਕੀਤੀ ਹੈ ਇਹ ਮੈਸੇਜ ਵੀ ਲੋਕਾਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਕਿਉਂਕਿ ਉਹ ਸੋਚਦੇ ਨੇ ਕਿ ਸ਼ਾਇਦ ਉਹ ਮਾੜਾ ਤਾਂ ਉਹ ਹੀ ਮਾੜਾ ਹੋ ਨਹੀਂ 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 ਦੇਖੋ ਜੀ ਅਗਰ ਕਿਸੇ 'ਚ ਖੂਬਸੂਰਤੀ ਹੈ ਉਹ ਉਹਦੇ 'ਚ ਖੂਬਸੂਰਤੀ ਨਹੀਂ ਆਪਣੀ ਅੱਖ 'ਚ ਖੂਬਸੂਰਤੀ ਹੈ ਆਪਣੇ ਨਜ਼ਰੀਏ 'ਚ ਖੂਬਸੂਰਤੀ ਹੈ ਸੋ ਅੱਗੇ ਵਾਲਾ ਪਰਸਨ ਸ਼ਾਇਦ ਤੁਹਾਡੇ ਲਈ ਅੱਛਾ ਸੋਚ ਰਿਹਾ ਹੋਵੇ ਬਹੁਤ ਅੱਛਾ ਹੋਵੇ ਬਟ ਤੁਸੀਂ ਆਪਦੇ ਦਿਮਾਗ 'ਚ ਉਹਦੇ ਲਈ ਨੈਗੇਟਿਵ ਲੈ ਕੇ ਚੱਲ ਰਹੇ ਹੋ ਦੈਨ ਉਹਦੀ ਗਲਤੀ ਨਹੀਂ ਦੈਨ ਤੁਹਾਨੂੰ ਇੰਪਰੂਵ ਸ਼ਾਇਦ ਤੁਹਾਨੂੰ ਨਹੀਂ ਮੈਂ ਆਪਾਂ ਨੂੰ ਇੰਪਰੂਵ ਕਰਨ ਦੀ ਲੋੜ ਹੈ ਜਦੋਂ ਮੂਵੀ ਆਈ ਹੈ ਨਾ ਮਾਈਨਿੰਗ ਕੀ ਤੁਹਾਡੇ ਦਿਮਾਗ 'ਚ ਕੀ ਸਟੋਰੀ ਲਾਈਨ ਹੋ ਸਕਦੀ ਹੈ ਠੀਕ ਹੈ ਮਤਲਬ ਇੱਕ ਬਹੁਤ ਅੱਛਾ ਕਨਸੈਪਟ ਹੈ ਹੁੰਦਲ ਭਾਜੀ ਦਾ ਇੱਕ ਸ਼ਾਇਦ ਮਾਈਨਿੰਗ 'ਤੇ ਪਹਿਲੀ ਵਾਰੀ ਕੰਮ ਹੋਇਆ ਪਹਿਲਾ ਕਨਸੈਪਟ ਹੈ ਜਿਹਦੇ 'ਤੇ ਪੰਜਾਬੀ ਫਿਲਮ ਬਣੀ ਹੈ ਅਤੇ ਉਹਦਾ ਹਿੱਸਾ ਬਣ ਕੇ ਦੇਖ ਕੇ ਬਹੁਤ ਅੱਛਾ ਲੱਗਿਆ ਜੀ ਜੀ ਸਾਊਥ ਦੀ ਮੂਵੀ ਲਾ ਲਓ ਅਤੇ ਹੁਣ ਪੰਜਾਬੀ ਇੰਡਸਟਰੀ ਵੀ ਐਕਸ਼ਨ ਮੂਵੀਜ਼ ਆ ਰਹੀਆਂ ਨੇ ਹੈ ਨਾ ਕੀ ਤੁਹਾਨੂੰ ਲੱਗਦਾ ਕਿ ਸਾਊਥ ਨੂੰ ਟੱਕਰ ਦੇ ਸਕਦੀ ਹੈ ਐਕਸ਼ਨ ਮੂਵੀ 'ਚ ਪੰਜਾਬੀ ਦੇਖੋ ਫਸਟ ਆਫ ਆਲ ਆਪਾਂ ਕਿਸੇ ਵੀ ਇੰਡਸਟਰੀ ਨੂੰ ਕੰਪੈਰੀਜ਼ਨ ਨਹੀਂ ਕਰ ਸਕਦੇ ਸਾਊਥ ਦਾ ਇੱਕ ਅਲੱਗ ਵਾਤਾਵਰਨ ਹੈ ਉੱਥੋਂ ਦਾ ਅਲੱਗ ਐਟਮੋਸਫੇਅਰ ਹੈ ਇੱਕ ਉਹਨਾਂ ਦਾ ਖਾਣ ਪੀਣ ਉੱਠਣ ਬੈਠਣ ਇੱਕ ਕਲਚਰ ਅਲੱਗ ਹੈ ਅਤੇ ਉਹ ਅਲੱਗ ਸੋਚਦੇ ਆ ਅਲੱਗ ਦੇਖਣਾ ਚਾਹੇਗਾ ਅਤੇ ਆਪਣੇ ਪੰਜਾਬੀਆਂ ਦਾ ਅਲੱਗ ਹੈ ਠੀਕ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਕਲਚਰ ਨੂੰ ਆਪਾਂ ਕੰਪੇਅਰ ਕਰਕੇ ਉਹ ਅੱਛਾ ਹੈ ਜਾਂ ਬੁਰਾ ਹੈ ਸ਼ਾਇਦ ਮੈਨੂੰ ਇਹ ਲੱਗਦਾ ਕਿ ਪੰਜਾਬੀਆਂ 'ਚ ਜ਼ਿਆਦਾ ਜਨੂਨੀਅਤ ਹੈ ਫਿਲਮਾਂ ਬਣਾਉਣ ਦੀ ਤੁਸੀਂ ਚਾਹੁੰਦੇ ਹੋ ਕਿ ਇੱਦਾਂ ਦੀ ਮੂਵੀਜ਼ ਹੋਰ ਪੰਜਾਬੀ ਇੰਡਸਟਰੀ ਨੂੰ ਮਿਲੇਗੀ ਜਿਹੜੀ ਮੈਸੇਜ ਦੇ ਕੇ ਸੀ ਚੰਗੇ ਕੰਮ ਬਸ ਚੰਗੇ ਕੰਮ ਲਈ ਹੈ ਕਿ ਵੀ ਲੱਗੇ ਹੋਏ ਨੇ ਸਭ ਅਤੇ ਵੀ ਕਮੇਡੀ ਨੂੰ ਛੱਡ ਕੇ ਦੂਸਰੇ ਪ੍ਰੋਜੈਕਟਾਂ 'ਤੇ ਵੀ ਕਨਸੈਪਟਾਂ 'ਤੇ ਵੀ ਕੰਮ ਹੋਣਾ ਚਾਹੀਦਾ ਕਿਉਂਕਿ ਮੋਸਟਲੀ ਸੋਚਿਆ ਜਾਂਦਾ ਕਿ ਐਂਟਰਟੇਨਮੈਂਟ ਦਾ ਮਤਲਬ ਕਮੇਡੀ ਨਹੀਂ ਤੁਸੀਂ ਟ੍ਰੈਜਿਕ ਵੀ ਵਿਖਾ ਸਕਦੇ ਹੋ ਤੁਹਾਡਾ ਪਰੋਸਣ ਦਾ ਤਰੀਕਾ ਅੱਛਾ ਹੋਣਾ ਚਾਹੀਦਾ ਸ਼ਾਇਦ ਹੁਣ ਉਹ ਬਦਲ ਵੀ ਰਿਹਾ ਪਹਿਲਾਂ ਜੇ ਪ੍ਰੋਡਿਊਸਰ ਇਹ ਸੋਚਦੇ ਸੀਗੇ ਸ਼ਾਇਦ ਫਿਲਮ ਚੱਲੇ ਨਾ ਅਤੇ ਰਿਸਕ ਨਹੀਂ ਲੈਣਾ ਚਾਹੁੰਦੇ ਸੀਗੇ ਅਤੇ ਹੁਣ ਉਹ ਲੈ ਰਹੇ ਨੇ ਅਤੇ ਆ ਵੀ ਰਹੀਆਂ ਨੇ ਅਤੇ ਗਰੋਥ ਹੋ ਰਹੀ ਹੈ ਜੀ ਜੀ ਮੂਵੀਜ਼ ਦੇਖਣ ਤੋਂ ਪਹਿਲਾਂ ਲੋਕ ਉਹਨਾਂ ਨੂੰ ਜੱਜ ਕਰ ਲੈਂਦੇ ਨੇ ਹੈ ਨਾ ਟ੍ਰੇਲਰ ਦੇ ਕਿ ਸ਼ਾਇਦ ਮੂਵੀ ਚੱਲੂਗੀ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਨਹੀਂ ਦੇਖੋ ਐਸਾ ਕੁਛ ਨਹੀਂ ਹੈ ਮੂਵੀ ਤਾਂ ਵੀ ਮਤਲਬ ਟ੍ਰੇਲਰ 'ਤੇ ਨਹੀਂ ਮੈਂ ਇਹ ਸਮਝਦਾ ਕਿ ਬਟ ਐਸਾ ਫਿਲਮ ਤਾਂ ਇਹ ਬਹੁਤ ਅੱਛੀ ਜਾਏਗੀ ਜੀ ਅਤੇ ਟ੍ਰੇਲਰ 'ਤੇ ਕੋਈ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਟ੍ਰੇਲਰ 'ਤੇ ਫਿਲਮ ਡਿਪੈਂਡ ਹੁੰਦੀ ਹੈ ਜਾਂ ਜੱਜ ਕਰ ਲੈਂਦੇ ਆ ਫਿਲਮ ਦੇਖ ਕੇ ਹੀ ਪਤਾ ਚੱਲਦਾ ਹੈ ਫਿਲਮ ਦੇਖ ਕੇ ਹੀ ਪਤਾ ਚੱਲਦਾ ਤੁਹਾਨੂੰ ਉਸ ਇੱਕ ਸਟੋਰੀ ਇੱਕ ਡੇਢ ਦੋ ਮਿੰਟ ਦੇ ਟ੍ਰੇਲਰ ਦੇ ਵਿੱਚ ਤੁਸੀਂ ਕੀ ਗੈਸ ਲਾ ਲਓਗੇ ਕਿ ਫਿਲਮ ਦੇ ਵਿੱਚ ਕੀ ਹੈ ਜੀ ਤੁਸੀਂ ਇਸ ਮੂਵੀ ਨੂੰ ਕਿੰਨੇ ਰਿਵਿਊ ਦੇਣਾ ਚਾਹੋਗੇ ਪੰਜ ਵਿੱਚੋਂ ਪੰਜ ਜੀ ਜੀ ਥੈਂਕ ਯੂ ਥੈਂਕ ਯੂ